ਅੱਜ ਦੇ ਯੁੱਗ ਦੀ ਨੌਜਵਾਨ ਪੀੜ੍ਹੀ ਜਿੱਥੇ ਆਪਣੇ ਜਨਮਦਿਨ ਅਤੇ ਆਧੁਨਿਕ ਰੈਸਟੋਰੈਂਟਾਂ ਜਾਂ ਸ਼ਾਨਦਾਰ ਹੋਟਲਾਂ ਵਿੱਚ ਮਨਾਉਂਦੀ ਹੈ, ਉੱਥੇ ਇਸ ਚਕਾਚੌਂਦ ਨੂੰ ਤਿਲਾਂਜਲੀ ਦਿੰਦਿਆਂ ਆਪਣਾ ਜਨਮਦਿਨ ਬੇਸਹਾਰਾ ਲਾਚਾਰ ਲੋਕਾਂ ਵਿੱਚ ਮਨਾਉਣ ਦੀ ਸੋਚ ਕੁਛ ਵਿਰਲੇ ਅਤੇ ਉੱਚੀ ਸੋਚ ਵਾਲਿਆਂ ਵਿੱਚ ਹੀ ਹੁੰਦੀ ਹੈ। ਐਸੀ ਹੀ ਮਿਸਾਲ ਪੇਸ਼ ਕੀਤੀ ਹੈ ਕੈਨੇਡਾ ਦੀ ਰਹਿਣ ਵਾਲੀ ਰੋਹਿਣੀ ਭੰਬੀ ਨੇ, ਜਿਸ ਨੇ ਆਪਣਾ ਜਨਮਦਿਨ ਸ਼ਹੀਦ ਬਾਬਾ ਦੀਪ ਸਿੰਘ ਜੀ ਚੈਰੀਟੇਬਲ ਸੁਸਾਇਟੀ ਰਜਿਸਟਰਡ ਪਿੰਡ ਸਾਨੀ ਵੱਲੋਂ ਚਲਾਏ ਜਾ ਰਹੇ ਗੁਰੂ ਨਾਨਕ ਵਿਰਧ ਅਨਾਥ ਅਪਾਹਜ ਅਤੇ ਨੇਤਰਹੀਣ ਆਸ਼ਰਮ ਪਿੰਡ ਸਾਨੀ ਵਿੱਚ ਰਹਿ ਰਹੇ ਬੇਸਹਾਰਾ ਲਾਚਾਰ ਅਨਾਥ ਬੱਚਿਆਂ ਅਤੇ ਬਜ਼ੁਰਗਾਂ ਨਾਲ ਮਨਾਉਣ ਦਾ ਸਲਾਹਣਯੋਗ ਉਪਰਾਲਾ ਕੀਤਾ। ਇਸ ਮੌਕੇ ਬਜ਼ੁਰਗਾਂ ਨੇ ਜਿੱਥੇ ਰੋਹਿਣੀ ਭੰਬੀ ਨੂੰ ਲੰਬੀਆਂ ਉਮਰਾਂ, ਜੀਵਨ ਵਿੱਚ ਤਰੱਕੀਆਂ ਅਤੇ ਸਦਾ ਖੁਸ਼ ਅਤੇ ਸੁਖੀ ਰਹਿਣ ਦੇ ਆਸ਼ੀਰਵਾਦ ਦਿੱਤੇ, ਉੱਥੇ ਰੋਹਿਣੀ ਭੰਬੀ ਵੱਲੋਂ ਵੀ ਬਜ਼ੁਰਗਾਂ ਅਤੇ ਬੱਚਿਆਂ ਲਈ ਵਧੀਆ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਫਗਵਾੜਾ ਦੇ ਸਾਬਕਾ ਮੇਅਰ ਮਲਕੀਤ ਸਿੰਘ ਰਘੋਤਰਾ ਅਤੇ ਮੁੱਖ ਸੰਚਾਲਕ ਸੇਵਾ ਦਾ ਰਣਜੀਤ ਸਿੰਘ ਰਾਣਾ ਸਾਨੀ ਨੇ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਰੋਹਿਣੀ ਭੰਬੀ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੱਤੀਆਂ, ਉੱਥੇ ਉਸ ਦੇ ਚੰਗੇਰੇ ਭਵਿੱਖ ਲਈ ਕਾਮਨਾ ਵੀ ਕੀਤੀ। ਸੇਵਾ ਦੇ ਰਹੇ ਪਰਮਜੀਤ ਸਿੰਘ ਜੀ ਸਾਡੇ ਦਿਆਵੰਤ ਫਾਊਂਡੇਸ਼ਨ ਦੇ ਜੋ ਕਿ ਇਸ ਸਥਾਨ 'ਤੇ ਸੇਵਾ ਕਰਦੇ ਮੈਨੇਜਰ ਸਾਹਿਬ ਆ, ਔਰ ਇਸ ਆਸ਼ਰਮ ਵਿੱਚ ਰਹਿ ਰਹੇ ਸਤਿਕਾਰਯੋਗ ਮੇਰੇ ਬਜ਼ੁਰਗੋ ਅਤੇ ਭਰਾ, ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਤੁਹਾਡੇ ਸਾਰਿਆਂ ਨੂੰ ਦਰਸ਼ਨ ਕਰਨ ਦਾ ਮੌਕਾ ਮਿਲਿਆ। ਦਰਸ਼ਨ ਕਰਨ ਦਾ ਜਿਹੜਾ ਹੈਗਾ ਉਪਰਾਲਾ ਕੀਤਾ ਸਤਿਕਾਰਯੋਗ ਸਾਡੇ ਡੀ ਐਸ ਪੀ ਸਾਹਿਬ ਨੇ, ਇਹਨਾਂ ਦੀ ਬੇਟੀ ਦਾ ਅੱਜ ਜਨਮਦਿਨ ਹੈ। ਜਨਮਦਿਨ ਮਨਾਉਣ ਦਾ ਮੇਰੇ ਖਿਆਲ ਇੰਨਾ ਵਧੀਆ ਹੋਰ ਕੰਮ ਨਹੀਂ, ਤਰੀਕਾ ਹੋਰ ਨਹੀਂ ਹੋ ਸਕਦਾ। ਉਹ ਲੋਕ ਜਿਸ ਦਾ ਕੋਈ ਨਹੀਂ ਉਸ ਦਾ ਖੁਦਾ ਹੈ ਯਾਰ, ਉਹ ਆਪਾਂ ਸਾਰੇ ਘਰਾਂ ਨੂੰ ਛੱਡ ਕੇ ਆਪਾਂ ਇਸ ਜਗ੍ਹਾ 'ਤੇ ਆ ਰਹੇ ਹਾਂ, ਇਹ ਸੋਚਦੇ ਹੋ ਸਾਡਾ ਕੋਈ ਨਹੀਂ ਹੈਗਾ, ਪਰ ਤੁਹਾਡਾ ਉਹ ਖੁਦਾ ਹੈ। ਖੁਦਾ ਕੀ ਨਾਮ ਹੈ ਸਤਿਕਾਰ ਜੋ ਡੀ ਐਸ ਪੀ ਸਾਹਿਬ, ਮਤਲਬ ਬੇਟੇ ਦੇ ਰੂਪ ਦੇ ਵਿੱਚ ਆਪਣੀ ਬੇਟੀ ਦੇ ਜਨਮਦਿਨ ਦੇ ਉਪਲਕਸ਼ ਵਿੱਚ ਆ ਕੇ ਤੁਹਾਡੀ ਸੇਵਾ ਕਰਨਾ। ਉਹ ਅੱਜ ਇਹਨਾਂ ਨੇ ਆਪਣੀ ਬੇਟੀ ਦਾ ਜਨਮ ਪਾਉਣ ਲਈ ਬਹੁਤ ਸਾਰੇ ਪਦਾਰਥ ਤੁਹਾਡੇ ਲਈ ਭੇਟ ਕੀਤੇ ਹਨ, ਤੋ ਜਿੱਥੇ ਤੁਹਾਡੇ ਵੱਲੋਂ ਮੈਨੇਜਰ ਕਮੇਟੀ ਵੱਲੋਂ ਇਹਨਾਂ ਨੂੰ ਬੇਟੀ ਦੇ ਜਨਮਦਿਨ ਦੀਆਂ ਬਹੁਤ ਬਹੁਤ ਵਧਾਈਆਂ ਦਿੱਤਾ। ਉਹਦੇ ਨਾਲ ਨਾਲ ਹੀ ਪਰਮਾਤਮਾ ਚੰਨ ਦੀ ਅਰਦਾਸ ਕਰਦਾ ਕਿ ਪਰਮਾਤਮਾ ਕਰੇ ਜਿਸ ਭਾਵਨਾ ਦੇ ਨਾਲ ਤੁਹਾਡੀ ਸੇਵਾ ਲਈ ਇਹ ਪਦਾਰਥ ਤੁਹਾਨੂੰ ਭੇਟ ਕੀਤੇ ਜਾ ਰਹੇ ਹਨ, ਤੁਸੀਂ ਇਹਨੂੰ ਸੇਵਨ ਕਰੋ ਔਰ ਤੁਹਾਨੂੰ ਇਹ ਅੱਛੀ ਸਿਹਤ ਪ੍ਰਦਾਨ ਕਰੇ। ਸੋ ਇੱਕ ਵਾਰੀ ਫਿਰ ਬੇਟੀ ਦੀ ਜਨਮ ਦਿੰਦੀਆਂ ਤੁਹਾਨੂੰ ਔਰ ਸਰਕਾਰ ਦੇ ਸਾਡੇ ਡੀ ਐਸ ਪੀ ਸਾਹਿਬ ਉਹਨਾਂ ਦੇ ਬੇਟੇ ਨੂੰ ਬਹੁਤ ਬਹੁਤ ਵਧਾਈਆਂ। ਇਹਦਾ ਹੱਥ ਖਾਲੀ ਹੈ ਜੀ, ਪਲੀਜ਼ ਇੱਦਾਂ ਕਰਕੇ ਵਧਾਈ ਦੇ ਦਿਓ। ਇਸ ਮੌਕੇ ਡੀ ਐਸ ਪੀ ਸੁਭਾਸ ਭੰਬੀ, ਵਕੀਲ ਮਨੀਸ਼ ਭੰਬੀ, ਡਾਕਟਰ ਜਗਜੀਤ ਸਿੰਘ ਵਿਰਕ, ਪਰਮਜੀਤ ਸਿੰਘ ਮੈਨੇਜਰ ਦਿਆਵੰਤੀ ਫਾਊਂਡੇਸ਼ਨ, ਚੇਅਰਮੈਨ ਰਣਜੀਤ ਸਿੰਘ ਰਾਣਾ ਸਾਹਨੀ, ਖਜਾਨਚੀ ਹਰਨੇਕ ਸਿੰਘ ਰੋਮੀ ਢਾਬੇ ਵਾਲੇ, ਕਿਰਪਾਲ ਸਿੰਘ ਬਲਾਕੀਪੁਰ, ਸਤਨਾਮ ਸਿੰਘ ਸਾਹਨੀ, ਠੇਕੇਦਾਰ ਕਿਰਪਾਲ ਸਿੰਘ, ਸੁਰਜੀਤ ਸਿੰਘ ਸਾਹਨੀ, ਟਹਿਲ ਸਿੰਘ ਜਗਜੀਤਪੁਰ ਅਤੇ ਗੁਰਵਿੰਦਰ ਸਿੰਘ ਪਾਂਸਟਾ ਆਦਿ ਹਾਜ਼ਰ ਸਨ। ਮੈਂ ਤੁਹਾਡੀ ਮੈਨੇਜਮੈਂਟ ਤੋਂ, ਤੁਹਾਡੇ ਅਰੇਂਜਮੈਂਟ ਤੋਂ ਮੈਂ ਕਹਿੰਦਾ ਆਖਰੀ ਜਾਈਏ, ਜਿਵੇਂ ਘਰ ਦੇ ਕੰਮ ਕਦੀ ਜ਼ਿੰਦਗੀ ਦੇ ਵਿੱਚ ਬੰਦੇ ਦੇ ਮੁੱਕੇ ਨੇ, ਬੰਦੇ ਨੇ ਮੁੱਕ ਜਾਣਾ ਲੇਕਿਨ ਉਹਦੇ ਕੰਮ ਕਦੀ ਜ਼ਿੰਦਗੀ ਮੁੱਕੇ ਨੇ। ਤਾਂ ਤੁਸੀਂ ਜੋ ਕੁਛ ਕਰ ਰਹੇ ਹੋ, ਚਲੋ ਅੱਜ ਕੱਲ੍ਹ ਦੇ ਹਾਲਾਤ ਇਹੋ ਜਿਹੇ ਆ, ਬੱਚੇ ਅੱਜ ਕੱਲ੍ਹ ਬੱਚੇ ਸਿਆਣਿਆਂ ਨੂੰ ਨਹੀਂ ਕੋਈ ਸਮਝਦਾ, ਅਤੇ ਜੇ ਤੁਹਾਡੇ ਅੱਗੇ ਸੰਸਥਾ ਇਹ ਆ ਬੰਦਿਆਂ ਨੂੰ ਸਮਝ ਕੇ ਬੈਠੀ ਆ, ਮੈਂ ਕਹਿੰਦਾ ਤੁਸੀਂ ਐਡੇ ਵੱਡੇ ਵਧਾਈ ਦੇ ਪਾਤਰ ਹੋ, ਪਰਮਾਤਮਾ ਤੁਹਾਡੀ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ, ਔਰ ਤੁਹਾਨੂੰ ਇਸੇ ਤਰੀਕੇ ਨਾਲ ਬੁਲੰਦੀਆਂ 'ਤੇ ਲੈ ਕੇ ਜਾਵੇ। ਘਰ ਦੇ ਕੰਮ ਤਾਂ ਮੁੱਕ ਜਾਂਦੇ, ਆਹ ਕੰਮ ਕਰਨਾ ਸਾਰੇ ਨਾਲੋਂ ਔਖਾ ਕੰਮ ਆ, ਇਹਦੇ ਨਾਲੋਂ ਵੱਡਾ ਪੁੰਨ, ਇਹਦੇ ਨਾਲੋਂ ਵੱਡਾ ਪੁੰਨਦਾਨ ਹੋਰ ਕੋਈ ਨਹੀਂ। ਇਸ ਕਰਕੇ ਮੈਂ ਤਾਂ ਇਹੀ ਮੇਰੀ ਗੱਲ ਪਰਮਾਤਮਾ ਕੋਲ ਅਰਦਾਸ ਕਰੂੰਗਾ, ਪਰਮਾਤਮਾ ਤੁਹਾਡੀ ਜਿਹੜੀ ਮੈਨੇਜਮੈਂਟ ਦਾ ਤੁਹਾਡਾ ਇੰਨਾ ਦੇਖ ਕੇ ਸਾਡਾ ਵੀ ਮਨ ਖੁਸ਼ ਹੋਇਆ, ਜਿੱਦਾਂ ਦੀ ਤੁਹਾਡੀ ਸਾਫ਼ ਸਫਾਈ ਹੈ, ਜਿੱਦਾਂ ਦਾ ਤੁਹਾਡਾ ਅਰੇਂਜਮੈਂਟ ਹੈ, ਜਿਸ ਤਰੀਕੇ ਨਾਲ ਤੁਸੀਂ ਕੰਟਰੋਲ ਕੀਤਾ ਹੈ, ਬੰਦ ਸਾਰੇ ਬੰਦਿਆਂ ਨੂੰ ਸਾਹਮਣਾ ਕਰਦੀ ਸੌਖੀ ਗੱਲ ਨਹੀਂ। ਅਤੇ ਇਸ ਕਰਕੇ ਤੁਸੀਂ ਵਧਾਈ ਦੇ ਪਾਤਰ ਹੋ, ਤੁਹਾਡੀ ਪਰਮਾਤਮਾ ਲੰਬੀ ਉਮਰ ਕਰੇ, ਇੱਦਾਂ ਹੀ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਰਹੋ, ਇੱਦਾਂ ਹੀ ਹਰੇਕ ਪਾਸੇ ਤੁਹਾਡੀਆਂ ਤਰੱਕੀਆਂ ਹੋਣ, ਇੱਦਾਂ ਹੀ ਤੁਹਾਡੇ ਪਰਿਵਾਰ 'ਚ ਵਾਧਾ ਹੋਵੇ। ਜਿਹਨਾਂ ਨੇ ਇਹੋ ਜਿਹੇ ਕੰਮ ਕਰਨੇ ਨੇ ਉਹਨਾਂ ਦੇ ਗੱਲ ਉਹਨਾਂ ਦੇ ਘਰ 'ਚ ਪਰਮਾਤਮਾ ਨੇ ਛੁੱਟੀਆਂ ਲਿਆਉਂਦੀਆਂ ਲਿਆਉਣੀ, ਪੈਸੇ ਜਿੰਨੇ ਮਰਜ਼ੀ ਤੋਂ ਪੱਠੇ ਕਰ ਲਵੇ ਉਹਨਾਂ ਕੋਲ ਛੱਡ ਕੇ ਚਲੇ ਹੀ ਜਾਣਾ, ਮੁੜ ਕੇ ਨਾ ਘਰ 'ਤੇ ਜਾਣ ਦੇ ਨਾ ਬਾਹਰ ਦੇ ਜਾਣ ਦੇ।
इस करके मैं तो बार बार यही कहूँगा कि परमात्मा जिस तरीके का मैनेजमेंट है मैनेजमेंट एक तरीके का किया इन्ना 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 वधिया अरेजमेंट किया कि थोड़े नालों वधिया साडे लई तां तुसीं रब दे रूप जिहड़ी इन्नी जनता नूं सांभ के बैठे हो छोटी गल है बहुत वड्डी गल इस करके मेरे वल्लों तुहानूं सारे शुभकामनावां चलो बाकी बच्ची अपनी बेटी आ उहदा वो टेलीफोन आया तां तुसीं उत्थे जाके देखिया।